ਬਠਿੰਡੇ ਜੇਲ੍ਹ ਦੇ ਦੋ ਮਸ਼ਹੂਰ ਡਾਕੂ ਜੇਲ੍ਹ ਚੋਂ ਫਰਾਰ ਹੋ ਕੇ ਇੱਕ ਬੀੜ ਵਿੱਚ ਬੈਠੇ ਆਪਣਾ ਸ਼ਿਕਾਰ ਭੁੰਨ ਰਹੇ ਹਨ। ਸ਼ਾਮ ਕੌਰ ਨਾਂ ਦੀ ਇੱਕ ਔਰਤ ਨੂੰ ਰਸਤੇ ਵਿੱਚ ਕੁਝ ਬਦਮਾਸ਼ਾਂ ਨੇ ਲੁੱਟ ਲਿਆ। ਔਰਤ ਦੇ ਰੋਣ ਦੀ ਆਵਾਜ਼ ਸੁਣ ਕੇ ਦੋਨੋਂ ਹੈਰਾਨ ਹੋ ਜਾਂਦੇ ਹਨ। ਅੱਗੋਂ ਬਾਅਦ ਦੀ ਕਹਾਣੀ ਗੀਤ ਰਾਹੀਂ ਸੁਣੋ। ਚਾਰ ਗੋਲੀਆਂ ਨਾਲ ਮਸਾ ਢਿੱਡ ਭਰਦਾ ਪੈਦਲ ਦਾ ਐ ਤੇਰੀ ਨਾ ਤੇਰੀ ਸਿਆਸੀ ਨੰਬਰ ਐ ਬੁਲਦਾ ਬੰਦੇ ਨਹੀਂ ਜੋ ਕੱਟਣ ਛੇੜਨ ਖਿੱਚਦ ਬੇਗਾਨੀ ਨੂੰ ਸਦਾ ਸੂਰ ਮੈਂ ਸਮਝਣ ਦੀ ਤੇ ਭੈਣ ਬਗਾਨੀ ਨੂੰ ਦੇਖ ਜਨਾਨੀ ਨਗਨ ਸ਼ਾਮ ਸਿੰਘ ਖਾ ਗਿਆ ਖਾਰ ਕਿਹੜਾ ਸਦਾ ਸੂਰ ਮੈਂ ਸਮਝਣ ਦੀ ਤੇ ਭੈਣ ਬਗਾਨੀ।